श्री गुरु अर्जन देव जी इस पावन शब्द विच उस अकाल पुरख वाहिगुरु दे स्वरूप बारे भाव के वह अकाल पुरख वाहिगुरु की होंद जो निर्गुण अते सरगुण है जो सारे पासे सर्व व्यापक है उस बारे गुरु साहब जी बयान करते हैं। जेकर देखा जाए तो संसार के सारे धर्म ही उस अकाल पुरख नू मानते हैं परमेश्वर नू मानते हैं कि उहदी होंद है पर कई धर्मां दे विच केवल परमात्मा निर्गुण स्वरूप बयानिया गया है ते कई धर्मां दे विच सरगुण स्वरूप भी बयानिया गया है। जिस तरह हिंदू धर्म दे विच जो 18 पुराण हैं परमेश्वर बारे कि जिहड़े छोटे मोटे देवते हैं उन्हां विचों एक वड्डा देवता वह अकाल पुरख है।
ਤੇ ਇਸ ਤਰ੍ਹਾਂ ਹੀ ਹਿੰਦੂ ਧਰਮ ਦੇ ਜੋ 6 ਸ਼ਾਸਤਰ ਹਨ ਉਸ ਵਿੱਚ ਇਹ ਬਿਆਨ ਕੀਤਾ ਗਿਆ ਹੈ ਕਿ ਕੁਦਰਤ ਦੇ ਵਿੱਚ 3 ਗੁਣ ਹਨ ਰਜੋ ਤਮੋ ਅਤੇ ਸਤੋ ਇਹਨਾਂ 3 ਗੁਣਾਂ ਤੋਂ ਹੀ ਸੰਸਾਰ ਬਣਿਆ ਹੈ ਜੋ ਸੰਸਾਰ ਦੇ ਵਿੱਚ ਵਿਆਪਕ ਹਨ ਇਹਨਾਂ 3 ਗੁਣਾਂ ਹੀ ਨਿਰਗੁਣ ਤੇ ਸਰਗੁਣ ਸਰੂਪ ਮੰਨਿਆ ਹੈ ਇਸਲਾਮ ਅਤੇ ਈਸਾਈ ਧਰਮ ਦੇ ਵਿੱਚ ਪਰਮੇਸ਼ਰ ਨੂੰ ਆਕਾਸ਼ ਦਾ ਵਾਸੀ ਦੱਸਿਆ ਗਿਆ ਹੈ ਕਿ ਉਸ ਅਕਾਲ ਪੁਰਖ ਨੇ ਉਸ ਖੁਦਾ ਨੇ ਇਸ ਸੰਸਾਰ ਨੂੰ ਸਾਜਿਆ ਇਸ ਕਾਇਨਾਤ ਨੂੰ ਬਣਾਇਆ ਅਤੇ ਆਪ 7ਵੇਂ ਅਸਮਾਨ ਵਿੱਚ ਜਾ ਕੇ ਬਹਿ ਗਿਆ ਤੇ ਉੱਥੋਂ ਹੀ ਇਸ ਸੰਸਾਰ ਦਾ ਕਾਰ ਵਿਹਾਰ ਚਲਾ ਰਿਹਾ ਹੈ ਪਰ ਸਿੱਖ ਧਰਮ ਦੇ ਵਿੱਚ ਗੁਰਮਤ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੂੰ ਨਿਰਗੁਣ ਅਤੇ ਸਰਗੁਣ ਦੋਵੇਂ ਸਰੂਪਾਂ ਦੇ ਨਾਲ ਦੇਖਿਆ ਗਿਆ ਹੈ ਦਸ ਗੁਰੂ ਸਾਹਿਬਾਨਾਂ ਨੇ ਇਸ ਆਰਤ ਨੂੰ ਅਪਣਾਇਆ ਹੈ ਅਤੇ ਪ੍ਰੋੜਤਾ ਕੀਤੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਨਿਰਗੁਣ ਵੀ ਹੈ ਤੇ ਸਰਗੁਣ ਵੀ ਹੈ ਨਿਰਗੁਣ ਤੋਂ ਭਾਵ ਹੈ ਕਿ ਉਹ ਸਾਡੇ ਗਿਆਨ ਇੰਦਰੀਆਂ ਤੋਂ ਸਾਡੇ ਹੱਥਾਂ ਪੈਰਾਂ ਤੋਂ ਬੜੀ ਦੂਰ ਹੈ ਅਸੀਂ ਉਸ ਨੂੰ ਵੇਖ ਨਹੀਂ ਸਕਦੇ ਪਰ ਸਰਗੁਣ ਇਸ ਤਰ੍ਹਾਂ ਹੈ ਕਿ ਉਹ ਇਸ ਕਾਇਨਾਤ ਦੇ ਵਿੱਚ ਕੁਦਰਤ ਦੇ ਵਿੱਚ ਸਰਵ ਵਿਆਪਕ ਹੈ ਸੋ ਇਸ ਪਾਵਨ ਸ਼ਬਦ ਵਿੱਚ ਗੁਰੂ ਸਾਹਿਬ ਦੱਸਦੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਇਸ ਕਾਇਨਾਤ ਦੇ ਜਰੇ ਜਰੇ ਵਿੱਚ ਕਣ 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 ਵਿੱਚ ਮੌਜੂਦ ਹੈ ਭਗਤ ਸਾਹਿਬਾਨ ਜੀ ਫਰਮਾਉਣਾ ਕਰਦੇ ਹਨ ਕਿ ਕੋਈ ਅਕਾਲ ਪੁਰਖ ਨੂੰ ਨੇੜੇ ਮੰਨਦਾ ਹੈ ਤੇ ਕੋਈ ਦੂਰ ਮੰਨਦਾ ਹੈ ਭਗਤ ਨਾਮ ਦੇ ਜੀ ਉਚਾਰਨ ਕਰਦੇ ਹਨ ਕੋਈ ਬੋਲੇ ਨਿਰਭਰ ਕੋਈ ਬੋਲੇ ਦੂਰ ਜਦ ਕੀ ਮਛਲੀ ਚਰੈ ਖਜੂਰ ਕਾਇਰ ਬਕਵਾਦ ਲਾਇਓ ਜਿਨ ਹਰ ਪਾਇਓ ਤਿਨਹਿ ਛਪਾਇਓ ਕਿ ਜਿਨ੍ਹਾਂ ਨੇ ਉਸ ਪਰਮੇਸ਼ਵਰ ਨੂੰ ਪਾਇਆ ਹੈ ਉਹਨਾਂ ਨੇ ਆਪਣੇ ਅੰਦਰ ਆਪਣੇ ਹਿਰਦੇ ਦੇ ਵਿੱਚ ਲੁਕਾ ਲਿਆ ਹੈ ਕਿ ਆਪਾਂ ਇੱਥੇ ਇਹ ਨਹੀਂ ਵਿਚਾਰ ਕਰਨੀ ਕਿ ਉਹ ਅਕਾਲ ਪੁਰਖ ਸਰਗੁਣ ਹੈ ਨਿਰਗੁਣ ਹੈ ਉਸ ਅਕਾਲ ਪੁਰਖ ਨੂੰ ਸਿਮਰਨਾ ਹੈ ਤੇ ਉਹਦਾ ਨਾਮ ਜਪ ਕੇ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਹੈ ਭਗਤ ਸਾਹਿਬਾਨ ਜੀ ਇਹ ਦੁਹਰਾਉਣਾ ਕਰਦੇ ਨੇ ਕਿ ਕਾਇਰ ਬਕਵਾਦ ਲਾਇਓ ਕਿ ਵੈਸ ਕਿਉਂ ਕਰਨੀ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਨਿਰਗੁਣ ਹੈ ਸਰਗੁਣ ਹੈ ਜਿਨ ਹਰ ਪਾਇਓ ਤਿਨਹਿ ਛਪਾਇਓ ਸੋ ਉਹ ਅਕਾਲ ਪੁਰਖ ਵਾਹਿਗੁਰੂ ਸਭ ਥਾਂ ਭਰਪੂਰ ਹੈ ਉਸ ਨੂੰ ਦੂਰ ਨਾ ਜਾਣਿਓ ਤੂੰ ਭਰਪੂਰ ਜਾਣਿਆ ਮੈਂ ਦੂਰ ਜੋ ਕਛ ਕਰੀ ਸੋ ਤੇਰਾ ਹੈ ਦੂਰ ਉਹ ਅਕਾਲ ਪੁਰਖ ਵਾਹਿਗੁਰੂ ਹਾਜ਼ਰ ਨਾਜ਼ਰ ਹੈ ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਸ਼ਬਦ ਦੁਆਰਾ ਉਚਾਰਨ ਕਰਦੇ ਹਨ ਮਾਜ ਮਹੱਲਾ ਪੰਜਵਾ ਤੂੰ ਪੇੜ ਸਾਖ ਤੇਰੀ ਪੂਲੀ ਤੂੰ ਸੂਖਮ ਹੋਆ ਅਸਤੂਲੀ ਕਿ ਹੇ ਵਾਹਿਗੁਰੂ ਹੇ ਪ੍ਰਭੂ ਤੂੰ ਰੁੱਖ ਹੈ ਪੇੜ ਦਾ ਅਰਥ ਹੈ ਰੁੱਖ ਅਤੇ ਤੈਥੋਂ ਤੇਰੇ ਤੋਂ ਹੀ ਇਹ ਸਾਰਾ ਸੰਸਾਰ ਬਣਿਆ ਹੈ ਸਾਖ ਤੇਰੀ ਪੂਲੀ ਸਾਖਾਂ ਦਾ ਅਰਥ ਹੈ ਟਾਹਣੀਆਂ ਕਿ ਜਿਸ ਤਰ੍ਹਾਂ ਇੱਕ ਬੀਜ ਤੋਂ ਇੱਕ ਬੋਟ ਤੋਂ ਇੱਕ ਵੱਡਾ ਰੁੱਖ ਬਣਦਾ ਹੈ ਦਰਖਤ ਬਣਦਾ ਹੈ ਬੋਟ ਬਣਦਾ ਹੈ ਇਸ ਤਰ੍ਹਾਂ ਤੂੰ ਇੱਕ ਪੇੜ ਹੈ ਅਤੇ ਤੈਥੋਂ ਇਹ ਸਾਰੀਆਂ ਟਾਣੀਆਂ ਇਹ ਸੰਸਾਰ ਸਿਰਜਿਆ ਹੋਇਆ ਹੈ ਤੂੰ ਸੂਖਮ ਹੋਵਾ ਅਸਥੂਲੀ ਕਿ ਹੇ ਵਾਹਿਗੁਰੂ ਤੂੰ ਦ੍ਰਿਸ਼ਟਮਾਨ ਵੀ ਹੈ ਸੂਖਮ ਦਾ ਅਰਥ ਹੈ ਆਦ੍ਰਿਸ਼ਟ ਤੇ ਅਸਥੂਲ ਦਾ ਅਰਥ ਹੈ ਆਦ੍ਰਿਸ਼ਟਮਾਨ ਜਿਸ ਤਰ੍ਹਾਂ ਬਾਣੀ ਦਾ ਪ੍ਰਮਾਣ ਹੈ ਆਪ ਇਹ ਸੂਖਮ ਆਪ ਤੇ ਅਸਥੂਲਾ ਕਹਿ ਲਖੀਆ ਜਾਏ ਨਾਨਕ ਲੀਲਾ ਕਿ ਉਹ ਵਾਹਿਗੁਰੂ ਸੂਖਮ ਵੀ ਹੈ ਤੇ ਅਸਥੂਲ ਵੀ ਹੈ ਤੂੰ ਜਲ ਨਿਦ ਤੂੰ ਫੇਨ ਬੁੱਧ ਬੁਧਾ ਤੁਧ ਬਿਨ ਆਵਰਣਾ ਪਾਲੀਐ ਜੀਓ ਜਲ ਨਿਦ ਦਾ ਭਾਵ ਹੈ ਸਮੁੰਦਰ ਅਤੇ ਦੇਣ ਦਾ ਅਰਥ ਹੈ ਝੱਗ ਤੇ ਬੁੱਧ ਬੁਧਾ ਦਾ ਅਰਥ ਹੈ ਬੁਲਬਲਾ ਕਿ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਮੁੰਦਰ ਹੈ ਅਤੇ ਉਸਦੇ ਵਿੱਚ ਜੋ ਝੱਗ ਹੈ ਬੁਲਬਲਾ ਹੈ ਉਹ ਆਪ ਹੀ ਹੈ ਤੁਧ ਬਿਨ ਆਵਰਣਾ ਪਾਲੀਐ ਜੀਓ ਇਹ ਵਾਹਿਗੁਰੂ ਤੈਥੋਂ ਬਿਨਾਂ ਹੋਰ ਕੋਈ ਵੀ ਇਸ ਸੰਸਾਰ ਦੇ ਵਿੱਚ ਨਹੀਂ ਹੈ ਤੂੰ ਆਪ ਹੀ ਇਸ ਸੰਸਾਰ ਦੇ ਵਿੱਚ ਸਰਵ ਵਿਆਪਕ ਹੈ ਤੂੰ ਸੂਤ ਮਣੀਐ ਵੀ ਤੂੰ ਹੈ ਤੂੰ ਗੰਠੀ ਮੇਰ ਸਿਰ ਤੂੰ ਹੈ ਸੂਤ ਦਾ ਅਰਥ ਹੈ ਧਾਗਾ ਡੋਰੀ ਕਿ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਡੋਰੀ ਹੈ ਆਪ ਹੀ ਸੂਤ ਹੈ ਧਾਗਾ ਹੈ ਅਤੇ ਉਸ ਵਿੱਚ ਪਰੋਣ ਵਾਲੇ ਮਣ ਕੇ ਵੀ ਉਹ ਆਪ ਹੀ ਹੈ ਤੂੰ ਗੰਠੀ ਮੇਰ ਸਿਰ ਤੂੰ ਹੈ ਤੇ ਉਹਨਾਂ ਧਾਗਿਆਂ ਵਿੱਚ ਦਿੱਤੀ ਹੋਈ ਗੰਢ ਵੀ ਉਹ ਆਪ ਹੀ ਹੈ ਮੇਰ ਸਿਰ ਤੂੰ ਹੈ ਮੇਰ ਦਾ ਅਰਥ ਹੈ ਜੋ ਮੇਰੂ ਮਣਕਾ ਹੈ ਉਹ ਵੀ ਅਕਾਲ ਪੁਰਖ ਆਪ ਹੀ ਹੈ ਆਦ ਮਤ ਅੰਤ ਪ੍ਰਭ ਸੋਈ ਆਵਰਣਾ ਕੋਏ ਦਿਖਾਲੀਐ ਜੀਓ ਜਿਸ ਤਰ੍ਹਾਂ ਅਸੀਂ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ ਕਿ ਉਹ ਅਕਾਲ ਪੁਰਖ ਵਾਹਿਗੁਰੂ
सच्चा है आद सच जुगाद सच है भी सच नानक होसी भी सच। सो गुरु अर्जन देव जी महाराज इस पंक्ति द्वारा दसना करते ने आद मद अंत प्रभ सोई कि अकाल पुरख वाहिगुरु शुरू दे विच भी है, विचकार भी है, मध्य विच भी है, अते अखीर तक अंत विच भी है। आवरना कोई दिखा लिया जियो ते इस संसार दे विच होर कुछ नहीं है, वो अकाल पुरख वाहिगुरु सर्व व्यापक है। तू निर्गुण सरगुण सुखदाता, तू निर्वाण रसिया रंग राता। असी उस अकाल पुरख नूं अखां दे नाल नहीं दे सकते, वह निर्गुण स्वरूप है, माया के तीन गुणा तो उपर है, इस संसार तो परे है, उस निर्गुण स्वरूप कहा है। सरगुण स्वरूप वह है जो इस संसार सर्व व्यापक है। बाणी का प्रमाण है रूप न रेख न रंग किछ, ग्रह गुण ते प्रभिन्न जिस तिसे हे बुझाए नानका जिस होवे सो प्रसन्न। कि अकाल पुरख वाहिगुरु तिना गुणा तो उपर है। बाणी का प्रमाण है निर्गुण आप सरगुण भी ओही कला धारिन सगली मोही, कि जिसने यह सारी कायनात नूं सिरजिया है उसका यह सरगुण स्वरूप है। तू निर्वाण रसिया रंग राता, निर्वाण का अर्थ है कि वासना चखण वाला, निर्वाण का अर्थ है कि वह वासना तो रहत है। रसिया का अर्थ है वासना चखण वाला, स्वाद चखण वाला, जिस तरह गुरबाणी का प्रमाण है आपे रसिया आप रस आपे रावण हार, आपे होवै चोलड़ा आपे सेज पतार। कि जिहड़ा रस है वह भी अकाल पुरख वाहिगुरु आप है, उस रस नूं चखण वाला उस रस नूं मानण वाला भी वह अकाल पुरख वाहिगुरु आप है। आपे होवै चोलड़ा आपे सेज पतार, चोलड़ा का अर्थ है कि वह इस्त्री भी आप ही है, सेज ते वह इस्त्री दे रंग नूं मानण वाला भी पुरख वह आप ही है। अपने करतब आपे जाणहि आपे तो संभालिया जियो, कोई भी उस अकाल पुरख दे खेड तमाशे नूं बयान नहीं कर सकता। अपने करतब आपे जाने, करतब कीड़ा कि यह सारा संसार उसका खेड तमाशा है, उसने बनाया है, वह आप ही जानता है ते इस संसार की वह संभाल कर रहा है। तू ठाकुर सेवक पन आपे, तू गुप्त प्रकट प्रभ आपे, वह अकाल पुरख वाहिगुरु आप ही मालिक है, आप ही सेवक है। इस संसार दे विच गुप्त रूप विच भी वह पास रहा है, प्रगट रूप भी विच भी पास रहा है। जिस तरह इस सोलह बाणी दे विच पढ़ते हाँ कि अकाल पुरख वाहिगुरु का निर्गुण अते सरगुण स्वरूप दोवें हन। सहस्तम नैन नन नैन अह तोहे कहो, सहस्त मूर्त नना एक तोही। के निर्गुण स्वरूप विच उस अकाल पुरख वाहिगुरु दियां, निर्गुण स्वरूप विच कोई भी उसकी अख नहीं है, सरगुण स्वरूप विच उसने सारियां अखां हन। कोई भी उसका पैर नहीं है, पर सरगुण स्वरूप विच उसने अनेकां ही पैर हन। नानक दास सदा गुण गावे, एक भोरी नदर निहालिए जियो। नानक दास उसके गुण गाउंदा है। एक भोरी का अर्थ है कि एक मात्र ही उस साडे ते नजर करे, उस अकाल पुरख की मेहर हो जाए, तो नानक दास उसके गुण गाउंदा है। सो इस पावन शब्द का जो उपदेश है गुरु अर्जन देव जी महाराज इस पावन शब्द द्वारा दर्शाउणा करते हैं, समझाउणा करते हैं कि असीं उस परमेश्वर नूं दूर मानते हाँ जां नेड़े मानते हाँ, पर वह अकाल पुरख वाहिगुरु इस संसार दे विच इस कायनात दे विच मौजूद है। जिस तरह बाणी का प्रमाण है बलिहारी कुदरत वसिया तेरा अंत ना जाई रखिया, कि वह आगम है अथाह है अतोल है, उसका कोई भी तोल नहीं है, ते वह अकाल पुरख वाहिगुरु इस कुदरत दे विच वसिया होया है। सो यह पावन शब्द दा उपदेश साडे हिरदे दे विच वस जावे। फुल्लां च पानी किवें करनी जी, वाहिगुरु जी का खालसा वाहिगुरु जी की फतेह। वाहिगुरु।